वीडियो शुरू करने तो पहला जेकर तुसी साडे चैनल नूं हजे तक सबसक्राइब नहीं कीता तां हेठां दित्ते लाल रंग दे बटन नूं दबा के चैनल नूं सबसक्राइब कर लो। आओ देखदे आं अगे वीडियो। कर्जा फेर नहीं उतरे
ਜਿਹੜੀ ਦੇਸ਼ ਦੀ ਤਰੱਕੀ ਦਾ ਫਾਇਦਾ ਕਿਹਨੂੰ ਹੋ ਗਿਆ? ਮਾਲੋ ਮਾਲ ਹੋ ਗਏ ਟਰੈਕਟਰਾਂ ਵਾਲੇ, ਮਾਲੋ ਮਾਲ ਹੋ ਗਏ ਖਾਦਾਂ ਵੇਚਣ ਵਾਲੇ, ਮਾਲੋ ਮਾਲ ਹੋ ਗਏ ਕੀੜੇ ਮਾਰ ਦਵਾਈਆਂ ਦੇ ਬੀਜਾਂ ਨੂੰ ਵੇਚਣ ਵਾਲੇ, ਮਾਲੋ ਮਾਲ ਹੋ ਗਏ ਆੜਤੀਏ, ਮਾਲੋ ਮਾਲ ਹੋ ਗਏ ਪਈ ਤੇ ਕਿਸਾਨ ਦੇ ਸਿਰ ਕਰਜ਼ਾ 1,00,000 ਕਰੋੜ ਰੁਪਇਆ ਕਰਜ਼ਾ ਚੜ੍ਹ ਗਿਆ। ਖੁਦਕੁਸ਼ੀਆਂ ਹੋਣ ਲੱਗ ਪਈਆਂ, ਚਿੱਟੇ ਕੱਪੜੇ ਪੈ ਗਏ, ਪੱਕੇ ਮਕਾਨ ਹੋ ਗਏ, ਗੱਡੀਆਂ ਵੀ ਘਰੇ ਆ ਗਈਆਂ, ਪਰ ਜੇਬ ਦੇ ਵਿੱਚ ਜਿੰਨੇ ਪੈਸੇ ਨੇ ਸਾਰੇ 2 ਰੁਪਏ ਸੈਂਕੜੇ ਦੇ ਵਿਆਜ ਦਾ। ਘਰ ਘਰ ਹੀ ਹੋਣ ਲੱਗ ਗਏ, ਜਿਹੜੇ ਲੋਕ ਕਹਿ ਸਕਦੇ ਹੁੰਦੇ ਵੀ ਮੈਂ ਬੈਂਕ ਤੋਂ ਕਰਜ਼ਾ ਲੈਣਾ, ਖੁੰਡਾਂ ਤੇ ਗੱਲਾਂ ਹੋਣ ਲੱਗ ਗਿਆ। ਕਿਸੇ ਨੂੰ ਦੱਸਣਾ ਤੇ ਉਹ ਵੀ ਆਪਾਂ ਨੇ ਬੈਂਕ ਤੋਂ 8,000 ਦਾ ਲੋਨ ਦਾ ਇੰਜਣ ਲਿਆ, ਆਪੇ ਇੰਜਣ ਹੀ ਲਿਆ ਸੀ ਉਹਦਾ, ਡਰਦੇ ਹੁੰਦੇ ਮਗਰੋਂ ਘੁੱਪ ਕੇ ਕਹਿਣ ਲੱਗ ਗਏ ਭਾਈ ਮੇਰੇ ਨਾਲ ਚੱਲੂ, ਮੈਂ ਬੈਂਕ ਤੋਂ ਲੋਨ। ਹੁਣ ਸਾਰੇ ਬੈਂਕ ਚੋਂ ਲੋਨਾਂ ਦਾ ਚੱਪਾ ਚੱਪਾ ਜ਼ਮੀਨ ਦਾ ਕਰਜ਼ੇ ਹੋ ਗਿਆ ਤੇ ਦਾਣਾ ਤੇ ਕਾਨੂੰਨ ਕਹਿੰਦੇ ਨੇ ਵੀ ਜ਼ਮੀਨਾਂ ਇਹਨਾਂ ਤੋਂ ਖਿੱਚ ਲੈਣੀਆਂ ਨੇ 2 ਸਾਲਾਂ। ਕਾਨੂੰਨ ਇਹ ਕਹਿੰਦੇ ਨੇ ਕਿ ਬੰਧਕ ਮੁਕਤ ਖੇਤੀ ਵਪਾਰ ਲਾਗੂ ਕਰੋ, ਟ੍ਰੇਡ ਤੇ ਐਗਰੀਕਲਚਰ ਨੂੰ ਆਜ਼ਾਦ ਕਰੋ, ਖੇਤੀਬਾੜੀ ਤੇ ਵਪਾਰ ਨੂੰ ਆਜ਼ਾਦ ਕਰੋ। ਆਹ ਕਾਨੂੰਨ ਨਹੀਂ, ਕਾਨੂੰਨ ਇਹ ਗੱਲ ਕਹਿੰਦੇ ਨੇ ਕਿ ਸਰਕਾਰੀ ਮੰਡੀ ਚ ਵੇਚ ਦਿਓ ਮਾਲ ਤੁਸੀਂ ਤਾਂ ਕਰਜ਼ੇ ਹੋਗੇ, ਪ੍ਰਾਈਵੇਟ ਮੰਡੀ ਚ ਮਾਲ ਵੇਚੋ, ਸਰਕਾਰੀ ਮੰਡੀਆਂ ਦਾ ਕਿਹੜਾ ਛੱਡਾ। ਆਜ਼ਾਦ ਤੁਹਾਨੂੰ ਕੀ ਕੀਤਾ ਸਰਕਾਰ ਨੇ? ਆਜ਼ਾਦ ਇਹ ਕੀਤਾ ਕਿ ਤੁਹਾਡੇ ਤੇ ਤਲਵਾਰ ਨੀ ਧਰੀ ਹੋਈ, ਤੁਸੀਂ ਆਪਦੀ ਝੋਨਾ ਹੋਣੀ ਅੱਜ ਹੀ ਵੇਚੋ। ਜੇ ਮੰਡੀ ਚ ਸਸਤਾ ਵੇਚਦਾ ਤਾਂ ਅਨਾਜ ਨੂੰ ਵੱਢ ਕੇ ਆਪਦੇ ਘਰੇ ਵੇਖੋ, ਉਧਰ ਵੇਖੋ ਜਿੱਥੇ ਰੇਟ ਚੰਗਾ ਆ ਜਾਵੇ, ਉੱਥੇ ਵੇਖੋ ਜਿੱਥੇ ਰੇਟ ਵੱਧ ਦਿੰਦਾ। ਜੇ ਪੰਜਾਬ ਦਾ ਅਨਾਜ ਆਪਦੇ ਘਰੇ ਸਾਹਮਣੇ ਪਿਆ ਤਾਂ ਗੁਜਰਾਤ ਤੋਂ ਨਾ ਮਹਿੰਗਾ ਵਿਕਦਾ, ਗੁਜਰਾਤ ਚ ਜਾ ਕੇ ਵੇਚ ਲਓ। ਜੇ ਕੇਰਲਾ ਚ ਵੇਚਣਾ ਕੇਰਲਾ ਜਾ ਕੇ ਵੇਚ ਲਓ, ਜੇ ਉੜੀਸਾ ਚ ਵਿਕਦਾ ਉੱਥੇ ਜਾ ਕੇ ਵੇਚ ਲਓ। ਕਾਨੂੰਨ ਦੀ ਵਿਆਖਿਆ ਵੀ ਕਿਸਾਨ ਆਜ਼ਾਦ ਕਰਕੇ ਮੰਡੀ ਖੇਤਾਂ ਚੋਂ ਕੱਢ ਕੇ ਫਸਲ ਆਪਦੇ ਘਰੇ ਦੇਖ ਲੈ, ਉਹਨਾਂ ਵਾਸਤੇ ਕੋਈ ਵਿਚੋਲੇ ਵਿਚੋਲੇ ਆਪਣੇ ਜਾਣ ਦੀ ਲੋੜ ਨਹੀਂ, ਉਹ ਆਪਦਾ ਮਾਲ ਜਦੋਂ ਮਰਜ਼ੀ ਵੇਚਣ। ਤੁਸੀਂ ਇਸ ਗੱਲ ਤੋਂ ਆਜ਼ਾਦ, ਤੁਸੀਂ ਇਸ ਗੱਲ ਤੋਂ ਵਪਾਰੀ ਇਸ ਗੱਲ ਤੋਂ ਆਜ਼ਾਦ ਆ, ਜਿੱਥੇ ਮਰਜ਼ੀ ਮੰਡੀ ਖੋਲ, ਜਿੱਡੀ ਮਰਜ਼ੀ ਵੱਡੀ ਮੰਡੀ ਕਰ ਲੈ, ਤੈਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਕਿ ਜਿਹੜੇ ਮਰਜ਼ੀ ਰੇਟ ਤੈਨੂੰ ਮਰਜ਼ੀ ਦੇ ਰੇਟ ਦੇਗੀ। ਵਪਾਰੀ ਇਸ ਗੱਲ ਤੇ ਜਾ ਆਜ਼ਾਦ, ਵਪਾਰੀ ਵੀ ਕਰਤਾ ਆਜ਼ਾਦ, ਕਿਸਾਨ ਵੀ ਕਰਤਾ। ਹੁਣ ਕਿਸਾਨ ਦੀ ਆਜ਼ਾਦੀ ਕੀ ਕਹਿੰਦੀ ਹੈ? ਝੋਨਾ ਮੇਰਾ ਘਰੇ ਪਿਆ, ਬਾਣੀਆਂ ਬਾਹਰ ਖੜਾ, ਝੋਨਾ ਘਰੇ ਪਿਆ, ਬੈਂਕ ਵਾਲਾ ਬਾਹਰ ਖੜਾ, ਝੋਨਾ ਘਰੇ ਪਿਆ, ਕੁੜੀ ਦੇ ਵਿਆਹ ਦੇ ਦਿਨ ਸਿਰ ਤੇ ਖੜੇ। ਕਿਹੜਾ ਕਿਸਾਨ ਹੈ ਆਪਣੇ ਚੋਂ ਬਾਈ ਜਿਹੜਾ ਮਹੀਨੇ ਤੋਂ ਵੱਧ ਝੋਨਾ ਘਰੇ ਰੱਖ ਲਓ ਹੈਗਾ? ਆਪਾਂ ਬਾਈ ਕਬੀਲਦਾਰ ਹਾਂ, ਆਪਣੇ ਬੱਚੇ ਦੇ ਬਾਈ ਆਪਾਂ ਤਾਂ ਮਸਾਂ ਮਰ ਕੇ 6 ਮਹੀਨੇ ਦਿੰਦੇ ਹਾਂ, ਆਪਾਂ ਤਾਂ ਉਸਦੇ ਸੁੱਖ ਮਨਾਉਂਦੇ ਹਾਂ ਵੀ ਇਹ ਸਹੀ ਸਲਾਮਤ ਕਰਕੇ ਸਾਡੇ ਘਰੇ ਡਿੱਗ ਪਏ, ਤੇ ਅਸੀਂ 4 ਪੈਸੇ ਵੇਚ ਕੇ ਕਿਸੇ ਸਿਹਤ ਦੇ ਲਾ ਦਈਏ, ਕਿਸੇ ਬੈਂਕ ਦੇ ਲਾ ਦਈਏ, ਉਹਨੂੰ ਬੱਚੇ ਦਾ ਵਿਆਹ ਸ਼ਾਇਦ ਕਰ ਦੇਣਾ। ਕਿਸਾਨ ਨੂੰ ਆਜ਼ਾਦ ਕਰਤਾ, ਇਹ ਗੱਲ ਨਹੀਂ ਉਹ ਗੱਲ ਜਾਣਦੇ, ਇਹ ਗੱਲ ਜੋ ਚੰਗੀ ਤਰ੍ਹਾਂ ਜਾਣ ਬੁੱਝ ਕੇ ਕੀਤਾ ਕਿ ਸਰਕਾਰੀ ਮੰਡੀ ਜਿੰਨਾ ਚਿਰ ਤੱਕ ਫੇਰ ਨਹੀਂ ਹੁੰਦੀ, ਪਰ
ਪ੍ਰਾਈਵੇਟ ਵਪਾਰ ਹੈ, ਪਲਿਆ ਨੂੰ ਛੋਟਾਂ ਦੇ ਦਿਓ, ਟੈਕਸ ਦੀਆਂ ਛੋਟਾਂ ਦੇ ਦਿਓ, ਤਾਂ ਕਿ ਉਹ 50-100 ਰੁਪਏ ਕੁਇੰਟਲ ਮੰਗ ਕਿਸਾਨਾਂ ਨੂੰ ਵੱਧ ਦੇ ਦੇ ਤੇ ਪ੍ਰਾਈਵੇਟ ਮੰਡੀ ਚ ਮਾਲ ਦੇਵੇ, ਸਰਕਾਰੀ ਮੰਡੀ ਖਾਲੀ ਹੋ ਜਾਵੇ। ਜਦੋਂ ਸਰਕਾਰੀ ਮੰਡੀ ਖਾਲੀ ਹੋ ਗਈ ਤਾਂ ਸਰਕਾਰੀ ਖਰੀਦ ਨੀ, ਤਾਂ ਸਰਕਾਰੀ ਗੋਦਾਮ ਨੀ, ਤਾਂ ਮਾਰਕੀਟ ਕਮੇਟੀ ਨੀ ਹੈ। ਇਹਨਾਂ ਨੂੰ ਫੇਲ ਕਰ ਦਿੱਤਾ। ਜਦੋਂ ਸਰਕਾਰੀ ਮੰਡੀ ਚ ਮਾਲ ਹੀ ਲੱਗ ਗਿਆ ਫਿਰ ਐਮ ਐਸ ਪੀ ਦਾ ਕੀ ਫਾਇਦਾ? ਜਿਹੜੀ ਸਰਕਾਰ ਕਹਿੰਦੇ ਵੀ ਐਮ ਐਸ ਪੀ ਦਾ ਅਸੀਂ ਰੱਖਾਂਗੇ, ਰੱਖੀ ਜਾਓ ਐਮ ਐਸ ਪੀ, ਐਮ ਐਸ ਪੀ ਦਾ ਚੱਲੀ ਦਾ ਕੀ ਫਾਇਦਾ ਜਦੋਂ ਸਰਕਾਰੀ ਮੰਡੀ ਚ ਮਾਲ ਹੀ ਨਾ ਆਈ? ਪ੍ਰਾਈਵੇਟ ਮੰਡੀਆਂ ਚ ਮਾਲ ਜਦੋਂ ਡਿੱਗ ਗਿਆ ਫਿਰ ਜਿਵੇਂ ਯੂਪੀ ਵਾਲੇ ਰੋਂਦੇ ਨੇ, ਬਿਹਾਰ ਵਾਲੇ ਰੋਂਦੇ ਨੇ, ਮੱਧ ਪ੍ਰਦੇਸ਼ ਵਾਲੇ ਤੇ ਕੋਈ ਕੇਰਲ ਵਾਲੇ ਰੋਂਦੇ ਨੇ, 900 ਰੁਪਈਏ ਝੋਨਾ ਰੱਖਾਂਗੇ ਤਾਂ ਉਹਦੇ ਗੋਲਾ ਤੱਕ ਤਾਂ ਹੈ। ਪਰ ਜਦੋਂ 900 ਰੁਪਏ ਲੱਗ ਗਿਆ ਤਾਂ ਖੇਤੀ ਦੇ ਲਾਗਤ ਖਰਚੇ ਤਾਂ ਘਟਣੇ, ਖੇਤੀ ਚ ਤਾਂ ਪਹਿਲਾਂ ਵੀ ਕੁਛ ਬਚਦਾ, ਫਿਰ ਬਚਣਾ ਨਹੀਂ, ਫਿਰ ਫੁੱਕਾ ਮਾਰ ਮਾਰ ਕੇ ਤੁਸੀਂ ਜ਼ਮੀਨਾਂ ਵੇਚੋਗੇ। ਬਾਈ ਬਾਈ ਇੱਥੇ ਲੁਧਿਆਣੇ ਜ਼ਿਲ੍ਹੇ ਦੇ ਬੈਠੇ ਹੋਣੇ ਕੁਛ ਬੰਦੇ, ਜਿਹਦੀ ਚਾਰ ਕਰਨ ਵਾਲਾ ਸੀ ਉਹਦਾ ਸਾਰਾ ਕਰਜ਼ਾ ਉੱਤਰ ਗਿਆ, ਆਪਣੇ ਕੋਲੇ ਡੰਡੀਆਂ ਲੈਣਾ ਪਿਆ।